कमी सरकार मुर्दाबाद 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 भ्रष्ट मंत्री हाय 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 करप्ट मंत्री हाय हाय साडे मंत्रियों के खिलाफ तो कोई इन्हां कोल अज तक एविडेंस जिहड़ा वा कोर्ट च पेश किया जाऊगा। लेकिन इत्थे लोकां दी कचहरी दे विच एक ऑडियो टेप जिहड़ी रिलीज हुंदी आ सरारी साहब दी ਉਹ ਸਾਰਿਆਂ ਦੇ ਵਿੱਚ ਸਾਰਿਆਂ ਨੇ ਸੁਣੀ ਤੁਸੀਂ ਸੁਣੀ ਦੱਸ ਦਿਓ ਉਹ ਉਹਦੇ ਵਿੱਚ ਕਰਪਸ਼ਨ ਮੰਗ ਰਹੇ ਕਿ ਨਹੀਂ ਮੰਗ ਰਹੇ ਪੈਸੇ ਸਾਡੇ ਵਾਲੇ ਮੰਤਰੀਆਂ ਤੇ ਤਾਂ ਇਲਜ਼ਾਮ ਹੈ ਨਾ ਅਸੀਂ ਲਾ ਰਹੇ ਤੁਸੀਂ ਲਾ ਰਹੇ ਮੈਂ ਪ੍ਰੈਸ ਵਾਲੇ ਵੀਰਾਂ ਨੂੰ ਕਹਿੰਦਾ ਤੁਸੀਂ ਉਹ ਆਡੀਓ ਸੁਣ ਕੇ ਪੁਸ਼ਟੀ ਕਰ ਦਿਓ ਸਾਡੇ ਇੱਥੇ ਜਿੰਨੇ ਸਾਥੀ ਖੜੇ ਆ ਸਾਰੇ ਸਤਿਕਾਰਯੋਗ ਸਾਥੀ ਆ ਕੋਈ ਚੇਅਰਮੈਨ ਆ ਕੋਈ ਸਰਪੰਚ ਆ ਕੋਈ ਸਾਬਕਾ ਲੀਡਰ ਆ ਸਾਰਿਆਂ ਤੋਂ ਪੁੱਛ ਲਓ ਵੀ ਕੀ ਕਰਪਸ਼ਨ ਹੋਈ ਕਿ ਨਹੀਂ ਹੋਈ ਉਸ ਆਡੀਓ ਦੇ ਵਿੱਚ ਔਰ ਦੂਜੇ ਪਾਸੇ ਕੀ ਨਾਮ ਆਪਣਾ ਸਿੰਗਲਾ ਸਾਹਿਬ ਦੀ ਆਡੀਓ ਤੁਸੀਂ ਵੀ ਨਹੀਂ ਸੁਣੀ ਨਾ ਅਸੀਂ ਸੁਣੀ ਉਹਨਾਂ ਨੂੰ ਤਾਂ ਇੱਕ ਮਿੰਟ 'ਚ ਬਰਖਾਸਤ ਕਰਤਾ ਅਸੀਂ ਕਹਿੰਦੇ ਬਹੁਤ ਵਧੀਆ ਗੱਲ ਆ ਤੇ ਫਿਰ ਸਰਾਰੀ ਨੂੰ ਕਾਹਦੇ ਵਾਸਤੇ ਤੁਸੀਂ ਰੋਕੀ ਖੜੇ ਹੋ ਗੱਲ ਤਾਂ ਇਹ ਆ ਜਿਹੜੇ ਬੇਈਮਾਨੀ ਦੀ ਗੱਲ ਕਰ ਰਹੇ ਆ ਜਿਹੜੇ ਆਪਣੇ ਆਪ ਨੂੰ ਆਪ ਖੱਟੜ ਇਮਾਨਦਾਰ ਦਾ ਸਰਟੀਫਿਕੇਟ ਦੇ ਰਹੇ ਆ ਅਸਲ ਵਿੱਚ ਸਭ ਤੋਂ ਵੱਡੇ ਬੇਈਮਾਨ ਆ ਅਕਾਲੀ ਦਲ ਵਾਲੇ ਤਾਂ ਫਿਰ ਥੋੜੀ ਬਹੁਤੀ ਜਿਹੜੀ ਕਰਪਸ਼ਨ ਸੀ ਸਟੈਂਡਰਡ ਦੀ ਕਰਦੇ ਸੀ ਇਹ ਤਾਂ ਡਾਕੂ ਹੋ ਗਏ ਸਾਡੇ ਮੰਤਰੀਆਂ ਦੇ ਖਿਲਾਫ ਤਾਂ ਕੋਈ ਇਹਨਾਂ ਕੋਲ ਅੱਜ ਤੱਕ ਐਵੀਡੈਂਸ ਜਿਹੜਾ ਵਾ ਕੋਰਟ 'ਚ ਪੇਸ਼ ਕੀਤਾ ਜਾਊਗਾ ਲੇਕਿਨ ਇੱਥੇ ਲੋਕਾਂ ਦੀ ਕਚਹਿਰੀ ਦੇ ਵਿੱਚ ਇੱਕ ਆਡੀਓ ਟੇਪ ਜਿਹੜੀ ਰਿਲੀਜ਼ ਹੁੰਦੀ ਆ ਸਰਾਰੀ ਸਾਹਿਬ ਦੀ ਉਹ ਸਾਰਿਆਂ ਦੇ ਵਿੱਚ ਸਾਰਿਆਂ ਨੇ ਸੁਣੀ ਤੁਸੀਂ ਸੁਣੀ ਸੁਣੀ ਜੱਗੀ ਭਾਅ ਜੀ ਦੱਸ ਦਿਓ ਉਹ ਉਹਦੇ ਵਿੱਚ ਕਰਪਸ਼ਨ ਮੰਗ ਰਹੇ ਕਿ ਨਹੀਂ ਮੰਗ ਰਹੇ ਪੈਸੇ ਸਾਡੇ ਵਾਲੇ ਮੰਤਰੀਆਂ 'ਤੇ ਤਾਂ ਇਲਜ਼ਾਮ ਆ ਨਾ ਅਸੀਂ ਲਾ ਰਹੇ ਤੁਸੀਂ ਲਾ ਰਹੇ ਮੈਂ ਪ੍ਰੈਸ ਵਾਲੇ ਵੀਰਾਂ ਨੂੰ ਕਹਿੰਦਾ ਤੁਸੀਂ ਉਹ ਆਡੀਓ ਸੁਣ ਕੇ ਪੁਸ਼ਟੀ ਕਰ ਦਿਓ ਸਾਡੇ ਇੱਥੇ ਜਿੰਨੇ ਸਾਥੀ ਖੜੇ ਆ ਸਾਰੇ ਸਤਿਕਾਰਯੋਗ ਸਾਥੀ ਆ ਕੋਈ ਚੇਅਰਮੈਨ ਆ ਕੋਈ ਸਰਪੰਚ ਆ ਕੋਈ ਸਾਬਕਾ ਲੀਡਰ ਆ ਸਾਰਿਆਂ ਤੋਂ ਪੁੱਛ ਲਓ ਵੀ ਕੀ ਕਰਪਸ਼ਨ ਹੋਈ ਕਿ ਨਹੀਂ ਹੋਈ ਉਸ ਆਡੀਓ ਦੇ ਵਿੱਚ ਔਰ ਦੂਜੇ ਪਾਸੇ ਕੀ ਨਾਮ ਆਪਣਾ ਸਿੰਗਲਾ ਸਾਹਿਬ ਦੀ ਆਡੀਓ ਤੁਸੀਂ ਵੀ ਨਹੀਂ ਸੁਣੀ ਨਾ ਅਸੀਂ ਸੁਣੀ ਉਹਨਾਂ ਨੂੰ ਤਾਂ ਇੱਕ ਮਿੰਟ 'ਚ ਬਰਖਾਸਤ ਕਰਤਾ ਅਸੀਂ ਕਹਿੰਦੇ ਬਹੁਤ ਵਧੀਆ ਗੱਲ ਆ ਤੇ ਫਿਰ ਸਰਾਰੀ ਨੂੰ ਕਾਹਦੇ ਵਾਸਤੇ ਤੁਸੀਂ ਰੋਕੀ ਖੜੇ ਹੋ ਗੱਲ ਤਾਂ ਇਹ ਆ ਜਿਹੜੇ ਬੇਈਮਾਨੀ ਦੀ ਗੱਲ ਕਰ ਰਹੇ ਆ ਜਿਹੜੇ ਆਪਣੇ ਆਪ ਨੂੰ ਆਪ ਕੱਟੜ ਇਮਾਨਦਾਰ ਦਾ ਸਰਟੀਫਿਕੇਟ ਦੇ ਰਹੇ ਆ ਅਸਲ ਵਿੱਚ ਸਭ ਤੋਂ ਵੱਡੇ ਬੇਈਮਾਨ ਆ ਅਕਾਲੀ ਦਲ ਵਾਲੇ ਤਾਂ ਫਿਰ ਥੋੜ੍ਹੀ ਬਹੁਤੀ ਜਿਹੜੀ ਕਰਪਸ਼ਨ ਸੀ ਸਟੈਂਡਰਡ ਦੀ ਕਰਦੇ ਸੀ ਇਹ ਤਾਂ ਡਾਕੂ ਹੋ ਗਏ ਉਹ ਵੀ ਸਮੁੰਦਰੀ ਡਾਕੂ ਵੀ ਸਾਰਾ ਕੁਛ ਹੀ ਲੁੱਟ ਕੇ ਲੈ ਜਾਓ 70 ਸਾਲਾਂ ਤੋਂ ਸਰਕਾਰ ਦਾ ਤਾਂ ਪਤਾ ਨਹੀਂ ਇਹਨਾਂ ਨੇ ਕਿੰਨਾ ਕ੍ਰਿਟੀਸਾਈਜ਼ ਕਰਨਾ ਲੇਕਿਨ ਇਹ ਗੱਲ ਪੱਕੀ ਆ ਇਹ 70 ਸਾਲਾਂ ਦੇ ਭੁੱਖੇ ਜ਼ਰੂਰ ਆ ਵੀ ਜਿਵੇਂ 5 ਸਾਲਾਂ 'ਚ ਲੁੱਟ ਕੇ ਲੈ ਜਾਣਾ ਔਰ ਪਤਾ ਨਹੀਂ ਸਾਡਾ ਦੁਬਾਰਾ ਨੰਬਰ ਨਹੀਂ ਲੱਗਣਾ ਔਰ ਜੋ ਕੁਛ ਹੈਗਾ ਲੁੱਟ ਲਓ ਇਹ ਹਾਲਾਤ ਬਣੇ ਪਏ ਦਬਾਅ ਬਣਨਾ ਲੋਕਾਂ ਦਾ ਆਮ ਲੋਕਾਂ ਦਾ ਹੁਣ ਗੁਜਰਾਤ ਇਲੈਕਸ਼ਨ ਆ ਹਿਮਾਚਲ ਇਲੈਕਸ਼ਨ ਆ ਹਾਲੇ ਤਾਂ ਉੱਧਰ ਗਿੱਧੇ ਗੜਬੇ ਕਰ ਰਹੇ ਮੁੱਖ ਮੰਤਰੀ ਸਾਹਿਬ ਹਾਲੇ ਉੱਧਰ ਬਿਜ਼ੀ ਆ ਕਦੀ ਯਾਰ ਜਰਮਨੀ ਜਾਣਾ ਪੈ ਜਾਂਦਾ ਕਈ ਵਾਰ ਹਿਮਾਚਲ ਜਾਣਾ ਪੈ ਰਿਹਾ ਕਈ ਵਾਰ ਉੱਥੇ ਗੜਬੇ ਗਿੱਧੇ ਕਰਨੇ ਆ ਸੋ ਲਿਆ ਕੇ ਧਿਆਨ ਜਿਹੜਾ ਲੋਕਾਂ ਦੀ ਕਚਹਿਰੀ ਵਿੱਚ ਅਸੀਂ ਗਏ ਹਾਂ ਅਸੀਂ ਇਹਨਾਂ ਦੇ ਖਿਲਾਫ ਇਹਨਾਂ ਨੇ ਤਾਂ ਸਾਡੀ ਸੁਣਨੀ ਨਹੀਂ ਇਹਨਾਂ ਨੇ ਨਹੀਂ ਸਾਡੀ ਸੁਣਨੀ ਹੈ ਸਾਨੂੰ ਕਲੀਅਰ ਪਤਾ ਲੇਕਿਨ ਲੋਕਾਂ ਦੀ ਕਚਹਿਰੀ 'ਚ ਜਾਣਾ ਸਾਡਾ ਫਰਜ਼ ਹੈ ਅੱਜ ਸਾਡੇ ਸਾਰੇ ਸਰਪੰਚ ਸਭਾਨ ਆਏ ਆ ਸਾਡੇ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ ਤੋਂ ਲੈ ਕੇ ਸਾਰੇ ਬਲਾਕ ਪ੍ਰਧਾਨ ਆਏ ਆ ਉਹ ਇਹ ਜਾ ਕੇ ਲੋਕਾਂ ਦੀ ਕਚਹਿਰੀ 'ਚ ਇਹਨਾਂ ਦੀਆਂ ਕਰਤੂਤਾਂ ਦੱਸਣਗੇ ਵੀ ਆਹ ਇਹਨਾਂ ਦੇ ਹਾਲਾਤ ਆ ਆਹ ਮੰਤਰੀ ਦੀ ਆਡੀਓ ਫੈਸਲਾ ਤੁਸੀਂ ਲੋਕ ਕਰੋ ਵੀ ਕੱਟੜ ਬੇਈਮਾਨ ਕੌਣ ਆ ਜਿਹੜੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਦਾ ਸਰਟੀਫਿਕੇਟ ਦੇ ਰਹੇ ਆ ਇਹਨਾਂ ਤੋਂ ਪੁੱਛੋ ਵੀ ਜਾ ਕੇ ਇਹ ਆਡੀਓ ਸੁਣ ਕੇ ਫੈਸਲਾ ਕਰਨ ਲੋਕ ਸੋਏ ਕਰਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਪੜਿੰਗ ਸਾਹਿਬ ਅਤੇ ਸਾਡੇ ਜੋ ਕਾਂਗਰਸ ਪਾਰਟੀ ਦੀ ਸਮੁੱਚੀ ਟੀਮ ਦੇ ਵੱਲੋਂ ਜੋ ਜ਼ਿਲ੍ਹਾ ਪੱਧਰੀ ਧਰਨਾ ਅੱਜ ਜੋ ਹੁਕਮ ਲੱਗਿਆ ਸੀ ਸਾਰੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਅੱਜ ਸਾਰੀ ਪਾਰਟੀ ਇੱਕਮੁੱਠ ਹੋ ਕੇ ਜੋ ਸਾਡੀ ਮੰਗ ਹੈ ਕਿ ਫੌਜਾ ਸਿੰਘ ਸਰਾਰੀ ਨੂੰ ਬਰਖਾਸਤ ਕੀਤਾ ਜਾਵੇ ਅਤੇ ਜਿਸ ਤਰ੍ਹਾਂ ਪਹਿਲਾਂ ਇਹਨਾਂ ਦਾ ਵਿਜੇ ਸਿੰਗਲਾ ਮੰਤਰੀ ਸੀ ਸਿਹਤ ਮੰਤਰੀ ਜਿਹੜਾ ਉਹਦੀ ਆਡੀਓ ਵੀ ਲੀਕ ਨਹੀਂ ਸੀ ਹੋਈ ਇਹਨਾਂ ਦੇ ਕੋਲ ਉਹਦੀ ਆਡੀਓ ਸੀ ਅਤੇ ਉਹਨੂੰ ਬਰਖਾਸਤ ਕੀਤਾ ਉਹਨੂੰ ਹਟਾਇਆ ਗਿਆ ਜਦਕਿ ਫੌਜਾ ਸਿੰਘ ਸਰਾਰੀ ਦੀ
वीडियो भी लीक हो चुकी है, घर घर पहुंच चुकी है, उहदे विच सारा ही शो हो रहा है कि वह कमीशन मंग रहा है, पैसे मंग रहा है, ये उहदे बावजूद भी ये जो कट्टर ईमानदार सरकार है उन्हें बर्खास्त नहीं कर रही, ये दोहरे मापदंड की राजनीति कर रही है आम आदमी सरकार। असी चाहते हाँ कि फौजा सिंह सरारी नूं बर्खास्त किया जाए, जिते ईमानदार सरकार कहती है तो ईमानदारी का सबूत दे, फौजा सिंह सरारी नूं हटाया जाए।